ਇਸ ਸੀਡੀ ਪ੍ਰੋਟੈਕਟਰ ਦਾ ਡਿਜ਼ਾਈਨ ਸਾਊਥ ਅਫਰੀਕਾ ਦੇ ਪ੍ਰੋਫੈਸਰ ਰੂਡੀ ਹੋਰੈਕ ਨੇ ਕੀਤਾ ਹੈ। ਇਹ ਪ੍ਰੋਟੈਕਟੋਰੀਆ ਦੇ ਸਾਇੰਸ ਐਨਜ਼ਾ ਦੀ ਡਾਇਰੈਕਟਰ ਹੈ। ਕਾਰਡਸ਼ੀਟ 'ਤੇ ਪ੍ਰੋਟੈਕਟਰ ਛਪਿਆ ਹੋਇਆ ਹੈ। ਇਸ 'ਤੇ 0 degree ਤੋਂ 360 ਡਿਗਰੀ ਦੇ ਕੋਣ ਛਪੇ ਹਨ। ਇੱਕ ਪੁਰਾਣੀ ਸੀਡੀ ਲਵੋ, ਉਸ ਦੀ ਉੱਪਰੀ ਸਤਹਿ ਸਰਫੇਸ 'ਤੇ ਗੂੰਦ ਲਗਾਓ। ਕੁਝ ਦੇਰ ਗੂੰਦ 'ਤੇ ਸੁੱਕਣ ਦਾ ਇੰਤਜ਼ਾਰ ਕਰੋ। ਹੁਣ ਕਾਰਡਸ਼ੀਟ ਨਾਲ ਬਣੇ ਪ੍ਰੋਟੈਕਟਰ ਨੂੰ ਸੀਡੀ 'ਤੇ ਚਿਪਕਾ ਦਵੋ। ਹੁਣ ਇਹ ਪ੍ਰੋਟੈਕਟਰ ਮਜ਼ਬੂਤ ਬਣ ਜਾਏਗਾ ਅਤੇ ਅਸੀਂ ਕਾਫੀ ਦਿਨਾਂ ਤੱਕ ਇਸ ਦਾ ਇਸਤੇਮਾਲ ਕਰ ਸਕਦੇ ਹਾਂ। ਹੁਣ ਇੱਕ ਪੇਪਰ 'ਤੇ ਕੁਝ ਕੋਣ ਬਣਾਓ ਅਤੇ ਸੀਡੀ ਪ੍ਰੋਟੈਕਟਰ ਦੀ ਮਦਦ ਨਾਲ ਮਾਪੋ। ਸੀਡੀ ਪ੍ਰੋਟੈਕਟਰ ਦਾ ਪਿਛਲਾ ਹਿੱਸਾ ਸਟਿਫ ਕਾਰਡ 'ਤੇ ਚਿਪਕਾਓ। ਹੁਣ ਪਲਾਸਟਿਕ ਦੀਆਂ 2 ਰੰਗ ਬਿਰੰਗੀਆਂ ਸਟਰਾਅ ਲਵੋ। ਇਹਨਾਂ ਨੂੰ ਪਿੰਨ ਦੀ ਮਦਦ ਨਾਲ ਕਾਰਡਸ਼ੀਟ ਦੇ ਸੈਂਟਰ ਵਿੱਚ ਫਿਕਸ ਕਰ ਦਵੋ। ਇਹ ਸਟਰਾਅ ਨਾਲ ਤੁਸੀਂ ਕੋਣ ਮਾਪ ਸਕਦੇ ਹੋ।